ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਹੈ, ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਜੀ। ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 6-6 ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਨੇ। 6-6 ਦੇ ਹਿਸਾਬ ਨਾਲ ਕੁੰਡੇ ਲੈ ਕੇ 4 ਕੁੰਡੇ ਵਾਧੂ ਲੈਣੇ ਨੇ, 2 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਕੁੰਡੇ ਦੋਨਾਂ ਸਾਈਡਾਂ ਤੇ ਇੱਕ ਇੱਕ ਐਡਜਸਟ ਵਾਸਤੇ, ਤੇ 4 ਕੁੰਡੇ ਵਾਧੂ ਲੈ ਕੇ ਇੱਕ ਡਿਜ਼ਾਈਨ ਆਪਾਂ ਜਿਹੜਾ ਸ਼ੁਰੂ ਕਰ ਸਕਦੇ ਹਾਂ। 8 ਸਲਾਈਆਂ ਦਾ ਟੋਟਲ ਡਿਜ਼ਾਈਨ ਆ, ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ, ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਕਿਤੇ ਵੀ ਬਣਾ ਸਕਦੇ ਜੇ। ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਕੇ ਦੱਸਣਾ ਤੁਹਾਨੂੰ ਡਿਜ਼ਾਈਨ ਜਿਹੜਾ ਕਿਸ ਤਰ੍ਹਾਂ ਦਾ ਲੱਗਾ ਹੈ। ਹੁਣ ਡਿਜ਼ਾਈਨ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ। ਪਹਿਲੀ ਸਿਲਾਈ ਹੈ ਸਿੱਧੇ ਪਾਸਿਓਂ, ਪਹਿਲਾਂ ਕੁੰਡਾ ਉਤਾਰ ਲਿਆ, ਸਿਰਫ 2 ਕੁੰਡੇ ਆਪਾਂ ਉਲਟੇ ਬਣਾ ਲੈਣੇ ਆ। 2 ਕੁੰਡੇ ਉਲਟੇ ਬਣਾ ਲਏ, ਹੁਣ ਧਾਗਾ ਪਿੱਛੇ ਕਰ ਲਾਂਗੇ। ਹੁਣ ਇਹ ਜਿਹੜੇ 4 ਕੁੰਡੇ ਆ ਇਹਨਾਂ ਨੂੰ ਆਪਾਂ ਟਵਿਸਟ ਕਰਨਾ, ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਪਹਿਲਾਂ ਬੁਣ ਲੈਣਾ, ਇਸ ਤਰ੍ਹਾਂ ਕਰਕੇ ਪਹਿਲਾਂ ਬੁਣ ਲੈਣਾ, ਆਹ ਵਾਲੇ ਕੁੰਡੇ ਨੂੰ ਬਾਅਦ ਚ ਬੁਣ ਲੈਣਾ। ਇਸ ਤਰ੍ਹਾਂ ਇਹਨੂੰ ਬਾਹਰ ਨੂੰ ਟਵਿਸਟ ਕਰਤਾ, ਹੁਣ ਇਹ ਵਾਲੇ ਕੁੰਡੇ ਨੂੰ ਇੱਧਰ ਨੂੰ ਕਰਨਾ ਆਪਾਂ, ਇਸ ਤਰ੍ਹਾਂ ਉਤਾਰ ਕੇ ਵੀ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ। ਇਹ ਸਾਡਾ 6 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ। ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, 2 ਕੁੰਡੇ ਉਲਟੇ ਬਣਾ ਲਾਂਗੇ, ਧਾਗਾ ਪਿੱਛੇ ਕਰਾਂਗੇ, 4 ਕੁੰਡੇ ਸਿੱਧੇ ਬਣਾਉਣੇ, 1, 2, 3, 4, ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, 2 ਕੁੰਡੇ ਉਲਟੇ ਬਣਾ ਲੈਣੇ, ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ। ਪਹਿਲੀ ਸਿਲਾਈ ਬਣ ਗਈ ਹੈ ਡਿਜ਼ਾਈਨ ਦੀ, ਦੂਸਰੀ ਸਿਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ। ਪਹਿਲਾ ਕੁੰਡਾ ਉਤਾਰ ਲਿਆ, ਫਿਰ ਧਾਗਾ ਬੈਕ ਸਾਈਡ ਤੇ ਕਰ ਲੈਣਾ ਵਾ, 2 ਕੁੰਡੇ ਸਿੱਧੇ ਬਣਾ ਲੈਣੇ ਆ, ਧਾਗਾ ਆਪਣੀ ਵਾਲੀ ਸਾਈਡ, 4 ਕੁੰਡੇ ਉਲਟੇ। ਪੂਰੀ ਸਿਲਾਈ ਇਸੇ ਤਰ੍ਹਾਂ ਹੀ ਬਣੇਗੀ, 2 ਕੁੰਡੇ ਸਿੱਧੇ, 4 ਕੁੰਡੇ ਉਲਟੇ, ਜਿਹੜੇ ਉਧਰੋਂ ਸਿੱਧੇ ਬਣਾਏ ਸੀ ਇਸ ਸਾਈਡ ਤੋਂ ਉਲਟੇ ਬਣਨਗੇ, ਫਿਰ 4 ਕੁੰਡੇ ਉਲਟੇ। ਬਹੁਤ ਸੋਹਣਾ ਡਿਜ਼ਾਈਨ ਹੈ, ਤੁਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਕੋਟੀ ਸਵੈਟਰ ਕਿਸੇ ਕਲਰ ਤੇ ਪਾ ਲਓਗੇ, ਜੱਚ ਜਾਏਗਾ ਹਰ ਇੱਕ ਕਲਰ ਤੇ ਵਾਲਾ ਡਿਜ਼ਾਈਨ। ਫਿਰ ਦੂਸਰੀ ਸਿਲਾਈ ਬਣ ਕੇ ਕੰਪਲੀਟ ਹੋ ਗਈ, ਹੁਣ ਆ ਗਿਆ ਤੀਸਰੀ ਸਿਲਾਈ ਤੇ ਸਿੱਧੇ ਪਾਸੇ। ਪਹਿਲਾ ਕੁੰਡਾ ਉਤਾਰ ਲਿਆ, ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਹੈ, 2 ਕੁੰਡੇ ਉਲਟੇ ਜਿਹੜੇ ਆ ਇਹਨਾਂ ਨੂੰ ਆਪਾਂ ਉਲਟੇ ਹੀ ਬਣਾ ਲੈਣਾ। ਧਾਗਾ ਹੁਣ ਪਿਛਲੇ ਪਾਸੇ ਕਰ ਲਾਂਗੇ, ਇਹ ਜਿਹੜੇ 4 ਕੁੰਡੇ ਇਹਨਾਂ ਨੂੰ ਆਪਾਂ ਫਿਰ ਟਵਿਸਟ ਕਰਨਾ, ਹੁਣ ਇਹ ਵਾਲੇ ਕੁੰਡੇ ਨੂੰ ਆਪਾਂ ਅੰਦਰ ਵਾਲੀ ਸਾਈਡ ਕਰਨਾ ਇਸ ਤਰੀਕੇ ਦੇ ਨਾਲ, ਇਹ ਕੁੰਡੇ ਨੂੰ ਆਪਾਂ ਇੱਧਰ ਵਾਲੀ ਸਾਈਡ ਲੈ ਜਾਣਾ ਵਾ, ਤੇ ਫਿਰ ਦੋਨਾਂ ਕੁੰਡਿਆਂ ਨੂੰ ਸਿੱਧੇ ਬਣਾ ਦੇਣਾ, 1 ਤੇ 2, 2 ਕੁੰਡਿਆਂ ਨੂੰ ਸਿੱਧੇ ਬਣਾਤਾ, ਹੁਣ ਇੱਧਰ ਵਾਲਾ ਕੁੰਡਾ ਆਪਾਂ ਪਹਿਲਾਂ ਬੁਣ ਲੈਣਾ ਇਸ ਤਰੀਕੇ ਦੇ ਨਾਲ। ਇਹ ਸਾਨੂੰ ਉਤਾਰਨ ਦੀ ਜ਼ਰੂਰਤ ਨਹੀਂ ਹੈ, ਬਿਨਾਂ ਉਤਾਰੇ ਹੀ ਇਹਨੂੰ ਪਹਿਲਾਂ ਬੁਣ ਲੈਣਾ, ਦੂਸਰਾ ਕੁੰਡਾ ਜਿਹੜਾ ਉਹਨੂੰ ਬਾਅਦ ਚ ਬੁਣਨਾ। ਅਗਲੇ 2 ਕੁੰਡੇ ਉਲਟੇ ਬਣਾਵਾਂਗੇ, ਧਾਗਾ ਪਿੱਛੇ ਕਰਕੇ 4 ਕੁੰਡੇ ਸਿੱਧੇ ਬਣਾ ਲੈਣੇ, ਜਿਹੜੇ ਆਪਾਂ ਸਿੱਧੇ ਬਣਾ ਰਹੇ ਸੀ ਉਹਨਾਂ ਨੂੰ ਸਿੱਧੇ ਹੀ ਬਣਾਉਣਾ ਹੈ, ਧਾਗਾ ਆਪਣੀ ਵਾਲੀ ਸਾਈਡ, 2 ਕੁੰਡੇ ਉਲਟੇ, ਧਾਗਾ ਪਿੱਛੇ, ਲਾਸਟ ਵਾਲਾ ਕੁੰਡਾ ਸਿੱਧਾ, ਤੀਸਰੀ ਸਿਲਾਈ ਬਣ ਗਈ ਆ। ਚੌਥੀ ਸਿਲਾਈ ਉਲਟੇ ਪਾਸਿਓਂ, ਪਹਿਲਾ ਕੁੰਡਾ ਉਤਾਰ ਲਿਆ, ਧਾਗਾ ਪਿੱਛੇ ਕਰਾਂਗੇ, 2 ਕੁੰਡੇ ਸਿੱਧੇ ਬਣਾਵਾਂਗੇ, ਧਾਗਾ ਆਪਣੀ ਵਾਲੀ ਸਾਈਡ, 4 ਕੁੰਡੇ ਉਲਟੇ, ਧਾਗਾ ਪਿੱਛੇ, 2 ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, 4 ਕੁੰਡੇ ਉਲਟੇ, ਧਾਗਾ ਪਿੱਛੇ, 2 ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, 4 ਕੁੰਡੇ ਉਲਟੇ। ਇਸ ਤਰ੍ਹਾਂ ਕਰਕੇ ਸਾਡੀਆਂ 4 ਸਿਲਾਈਆਂ ਬਣ ਗਈਆਂ। ਹੁਣ ਆ ਗਿਆ 5ਵੀਂ ਸਿਲਾਈ ਤੇ, 5ਵੀਂ ਸਿਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ। ਪਹਿਲਾ ਕੁੰਡਾ ਉਤਾਰ ਲਿਆ, ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, 2 ਕੁੰਡੇ ਉਲਟੇ ਬਣਾਵਾਂਗੇ, ਧਾਗਾ ਪਿੱਛੇ ਕਰ ਲੈਣਾ ਹੈ, 4 ਕੁੰਡੇ ਸਿੱਧੇ ਬਣਾ ਲੈਣੇ, 1, 2, 3, 4, ਧਾਗਾ ਆਪਣੀ ਵਾਲੀ ਸਾਈਡ, 2 ਕੁੰਡੇ ਉਲਟੇ। ਹੁਣ ਧਾਗਾ ਪਿੱਛੇ ਕਰਾਂਗੇ, ਇਹ 4 ਕੁੰਡਿਆਂ ਨੂੰ ਟਵਿਸਟ ਕਰਨਾ, ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਪਹਿਲਾਂ ਬੁਣਨਾ, ਇਹਨੂੰ ਪਹਿਲਾਂ ਬੁਣ ਲਿਆ, ਇਹਨੂੰ ਬਾਅਦ ਚ ਬੁਣ ਲੈਣਾ। ਹੁਣ ਇੱਧਰ ਵਾਲਾ ਸਾਈਡ ਵਾਲਾ ਕੁੰਡਾ ਜਿਹੜਾ ਇੱਧਰ ਸਾਈਡ ਕਰਨਾ, ਆਪਾਂ ਪਹਿਲਾਂ ਆਹ ਪਿੱਛੇ ਵਾਲਾ ਪਾ ਲਾਂਗੇ, ਇਹਨੂੰ ਅੱਗੇ ਵਾਲੇ ਨੂੰ ਇੱਧਰ ਲੈ ਆਵਾਂਗੇ,
ਤੇ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾ ਦੇਣਾ ਹੈ। ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾ ਲੈਣਾ। ਧਾਗਾ ਪਿਛਲੇ ਪਾਸੇ ਕਰਾਂਗੇ, ਇੱਕ ਕੁੰਡਾ ਸਿੱਧਾ। ਪੰਜਵੀਂ ਸਿਲਾਈ ਬਣ ਗਈ। ਛੇਵੀਂ ਸਿਲਾਈ ਵੇਖੋ ਕਿਸ ਤਰ੍ਹਾਂ ਬਣੇਗੀ। ਪਹਿਲਾ ਕੁੰਡਾ ਉਤਾਰ ਲਿਆ, ਧਾਗਾ ਬੈਕ ਸਾਈਡ ਤੇ ਕਰਾਂਗੇ, ਦੋ ਕੁੰਡੇ ਸਿੱਧੇ, ਫਿਰ ਚਾਰ ਕੁੰਡੇ ਉਲਟੇ, ਦੋ ਸਿੱਧੇ ਚਾਰ ਉਲਟੇ। ਇਸੇ ਤਰ੍ਹਾਂ ਆਪਾਂ ਛੇਵੀਂ ਸਿਲਾਈ ਜਿਹੜੀ ਆ ਉਹ ਵੀ ਬਣਾ ਲੈਣੀ ਆ। ਲਾਸਟ ਵਾਲਾ ਕੁੰਡਾ ਉਲਟਾ ਬਣਾਵਾਂਗੇ। ਇਹ ਸਾਡੀ ਛੇਵੀਂ ਸਿਲਾਈ ਬਣ ਗਈ। ਹੁਣ ਆ ਗਿਆ ਸੱਤਵੀਂ ਸਿਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ, ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, ਦੋ ਕੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਚਾਰ ਕੁੰਡੇ ਸਿੱਧੇ, ਇੱਕ ਦੋ ਤਿੰਨ ਚਾਰ, ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ, ਧਾਗਾ ਪਿੱਛੇ। ਹੁਣ ਇਹ ਕੁੰਡੇ ਟਵਿਸਟ ਕਰਾਂਗੇ। ਇਹ ਕੁੰਡਾ ਜਿਹੜਾ ਇਹਨੂੰ ਇੱਧਰ ਲੈ ਕੇ ਆਉਣਾ, ਇਹ ਵਾਲੇ ਨੂੰ ਆਪਾਂ ਪਿਛਲੇ ਪਾਸੇ ਪਾ ਕੇ ਇੱਧਰ ਵਾਲੀ ਸਿਲਾਈ ਤੇ ਇਹਨੂੰ ਇੱਧਰ ਲੈ ਆਉਣਾ। ਬਸ ਦੋ ਦੋ ਕੁੰਡਿਆਂ ਨੂੰ ਹੀ ਆਪਾਂ ਟਵਿਸਟ ਕਰਨਾ। ਪਹਿਲਾਂ ਦੋਨਾਂ ਨੂੰ ਬਾਹਰ ਨੂੰ ਕੱਢ ਦੇਣਾ ਅੰਦਰ ਵਾਲਿਆਂ ਨੂੰ, ਫਿਰ ਜਿਹੜੇ ਬਾਹਰ ਆ ਉਹਨਾਂ ਨੂੰ ਅੰਦਰ ਵਾਲੀ ਸਾਈਡ ਨੂੰ ਕਰ ਦੇਣਾ। ਇਸ ਤਰੀਕੇ ਦੇ ਨਾਲ ਆਪਾਂ ਇਹ ਚਵਾਂ ਕੁੰਡਿਆਂ ਤੇ ਜਿਹੜਾ ਆ ਡਿਜ਼ਾਇਨ ਬਣਾ ਲੈਣਾ ਹੈ। ਲਾਸਟ ਤੇ ਦੋ ਕੁੰਡੇ ਉਲਟੇ ਬਣਨਗੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਬਣੇ। ਸੱਤਵੀਂ ਸਿਲਾਈ ਬਣ ਗਈ। ਹੁਣ ਆ ਗਿਆ ਅੱਠਵੀਂ ਸਿਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ, ਧਾਗਾ ਪਿੱਛੇ ਕਰਾਂਗੇ, ਦੋ ਕੁੰਡੇ ਸਿੱਧੇ ਬਣਾ ਲਾਂਗੇ, ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ। ਤੇ ਇਹਦੇ ਵਿੱਚ ਜੇ ਤੁਸੀਂ ਉਲਟੀ ਸਿਲਾਈ ਬਿਲਕੁਲ ਪਲੇਨ ਬਣਾਉਣੀ ਚਾਹੁੰਦੇ ਜੇ ਤੇ ਬਿਲਕੁਲ ਪਲੇਨ ਵੀ ਬਣਾ ਸਕਦੇ ਜੇ ਉਲਟੀ ਸਿਲਾਈ, ਫਿਰ ਵੀ ਡਿਜ਼ਾਇਨ ਜਿਹੜਾ ਬਹੁਤ ਹੀ ਪਿਆਰਾ ਬਣ ਕੇ ਆਏਗਾ। ਉਲਟੀ ਸਿਲਾਈ ਨੂੰ ਤੁਸੀਂ ਬਿਲਕੁਲ ਪੂਰੀ ਉਲਟੀ ਉਲਟੀ ਵੀ ਬਣਾ ਕੇ ਰੈਡੀ ਕਰ ਸਕਦੇ ਜੀ। ਇਹ ਤੁਹਾਡੀ ਆਪਣੀ ਚੋਇਸ ਹੈ, ਜਿਸ ਤਰ੍ਹਾਂ ਤੁਸੀਂ ਚਾਹੋ ਬਣਾ ਸਕਦੇ ਜੀ। ਇਹ ਅੱਠ ਸਿਲਾਈਆਂ ਹੁਣ ਬਣ ਗਈਆਂ ਨੇ। ਅੱਠ ਸਿਲਾਈਆਂ ਬਣਨ ਤੋਂ ਬਾਅਦ ਡਿਜ਼ਾਇਨ ਜਿਹੜਾ ਇਸ ਤਰ੍ਹਾਂ ਬਣਦਾ। ਪਹਿਲਾਂ ਇਹ ਵਾਲੇ ਚਾਰ ਕੁੰਡਿਆਂ ਤੇ ਆਪਾਂ ਡਿਜ਼ਾਇਨ ਬਣਾਉਣਾ ਹੈ, ਫਿਰ ਇਹ ਵਾਲੇ ਚਾਰ ਕੁੰਡਿਆਂ ਤੇ, ਆਹ ਜਿਹੜੇ ਪਲੇਨ ਬਣਾਉਣੇ। ਜਦੋਂ ਅੱਗੇ ਤੋਂ ਅੱਗੇ ਆਪਾਂ ਬਣਾਉਂਦੇ ਜਾਣਾ ਹੈ ਤੇ ਡਿਜ਼ਾਇਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ। ਬਹੁਤ ਹੀ ਪਿਆਰਾ ਲੱਗਦਾ ਹੈ, ਲੰਬੀਆਂ ਲੱਸਣਾਂ ਵੀ ਬਣਦੀਆਂ ਤੇ ਇਸ ਤਰ੍ਹਾਂ ਟੇਢਾ ਵੀ ਬਣਦਾ ਹੈ ਡਿਜ਼ਾਇਨ। ਦੋਨੋਂ ਤਰੀਕਿਆਂ ਨਾਲ ਇਹ ਡਿਜ਼ਾਇਨ ਬਣਦਾ ਹੈ। ਜੇਕਰ ਤੁਹਾਨੂੰ ਵੀ ਇਹ ਡਿਜ਼ਾਇਨ ਪਸੰਦ ਆਇਆ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਇਨ ਦੇ ਨਾਲ ਅਗਲੀ ਵੀਡੀਓ ਵਿੱਚ। ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।